ਭਾਜੀ ਅੱਡ ਹੋਣ ਵਾਲੀ ਤੇ ਗੱਲ ਆ ਝੂਠੀ ਜੇ ਮੈਂ ਇਹਨੂੰ ਅੱਡ ਕਰਦੀ ਆ ਨਾ ਤੇ ਦੂਜਿਆਂ ਨੇ ਕਹਿਣਾ ਸਾਨੂੰ ਵੀ ਅੱਡ ਕਰ ਸਾਡੇ ਘਰ 'ਚ ਖਰਚਾ ਚੱਲਣ ਡਿਆ ਇਕੱਠਾ ਤੇ ਜੇ ਇਹਨੂੰ ਬਹੁਤੀ ਗੱਲ ਵਾ ਤੇ ਇਦਾਂ ਇਹ ਰਹੀ ਜਾਵੇ ਸਾਰਾ ਕੁਝ ਇਹਨੂੰ ਮਿਲੂਗਾ ਉਨੀ ਜਾ ਜਾ ਇੱਕ ਤੇ ਮੈਨੂੰ ਤੇਰੀ ਨਹੀਂ ਸਮਝ ਲੱਗਦੀ ਤੂੰ ਕੀ ਕਰਦੀ ਫਿਰਦੀ ਆ ਜਾ ਆਪੇ ਪੁੱਛਦੀ ਰਹਿ ਮੇਰੇ ਕੋਲ ਨਹੀਂ ਹੈਗਾ ਟਾਈਮ ਇਨਾ ਨਾ ਦੀਦੀ ਨਾ ਅਸੀਂ ਇਹੋ ਜਿਹਾ ਕੰਮ ਕਿਉਂ ਕਰਨਾ ਵਾ ਅਸੀਂ ਤੇ ਮਹਾਂ ਆਪਣਾ ਹੀ ਹਿੱਸਾ ਖਾਈਏ ਤੇ ਕਮਾਈਏ ਕਿਉਂ ਦੂਜੇ ਦਾ ਹਿੱਸਾ ਲੈਣਾ ਵਾ ਪਾਪਾ ਦੇ ਭਾਗੀਦਾਰ ਅਸੀਂ ਕਿਉਂ ਬਣੀਏ ਪ੍ਰੀਤੋ ਰਾਣੀ ਐ ਤੂੰ ਆਪਣੇ ਆਪ ਨੂੰ ਬਹੁਤ ਹੀ ਛਾਤਰ ਸਮਝਦੀ ਆ ਕਿ ਤੂੰ ਬੜੀ ਚਲਾਕ ਆ ਪਰ ਵੇਖੀ ਹੁਣ ਤੇਰੀਆਂ ਹੀ ਚਾਲਾਂ ਤੇਰੇ ਤੇ ਪੁੱਠੀਆਂ ਨਾ ਨਾ ਪਾਤੀਆਂ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਆ ਵੇਖ ਲਾ ਪ੍ਰੀਤ ਆ ਤੇ ਉਹੀ ਗੱਲ ਹੋਈ ਭਲਾਈ ਦਾ ਤਾਂ ਕੋਈ ਜਮਾਨਾ ਹੀ ਨਹੀਂ ਰਿਹਾ ਇੱਕ ਤਾਂ ਆਪਣੀ ਜੇਬ ਚੋਂ ਪੈਸੇ ਖਰਚ ਕੇ ਇਹਦੇ ਸ਼ੌਂਕ ਪੂਰੇ ਕਰੋ ਉਲਟਾ ਦੋਸ ਵੀ ਮੈਨੂੰ ਹੀ ਦੇਣ ਡੇ ਆ ਮੈਂ ਤੇ ਤੁਹਾਨੂੰ ਪਹਿਲਾਂ ਹੀ ਬੜੀ ਵਾਰੀ ਕਿਹਾ ਸੀ ਕਿ ਨਾ ਪੈਸੇ ਵੇਸਟ ਕਰੋ ਇੱਥੇ ਕਿਸੇ ਨੇ ਤੁਹਾਡਾ ਗੁਣ ਨਹੀਂ ਜੇ ਪਾਉਣਾ ਤੇ ਵੇਖ ਲਿਆ ਜੀ ਹੁਣ ਅੱਛਾ ਚਲਾਕ ਆਪ ਤੇ ਕਈ ਮੇਰੇ ਘਰ ਵਾਲੇ ਨੂੰ ਜਾਂਦੀ ਆ ਮੈਨੂੰ ਸਭ ਪਤਾ ਵਾ ਤੂੰ ਕਿਹਦੀ ਬੋਲੀ ਬੋਲਣ ਡਈ ਆ ਮੈਂ ਸਾਰਾ ਕੁਝ ਜਾਣਦੀ ਆ ਅੰਨੀ ਨਹੀਂ ਮੈਂ ਦੇਖਣ ਡਈ ਆ ਪ੍ਰੀਤ ਓਏ ਆ ਫੜ ਦਵਾਈਆਂ ਅੰਦਰ ਰੱਖ ਦੀ ਉਹ ਤੁਹਾਨੂੰ ਦਿਖਣ ਨਹੀਂ ੜਿਆ ਮੈਂ ਮੀਂਹ 'ਚ ਤੇ ਅੱਗੇ ਝਾੜੂ ਲਾਉਣ ਡਈ ਆ ਉਤੋਂ ਮੈਨੂੰ ਦਵਾਈਆਂ ਫੜਾਈ ਜਾਣ ਡੇ ਜੇ ਤੈਨੂੰ ਬੋਲਣ ਦੀ ਅਕਲ ਨਹੀਂ ਆ ਮੈਂ ਬਾਹਰੋਂ ਖਾਵਦਾ ਆਇਆ ਵਾਂ ਆਉਂਦਿਆਂ ਮੇਰੇ ਨਾਲ ਪੁੱਠਾ ਡਈ ਆ ਬੋਲਣ ਪਾਣੀ ਤਾਂ ਨਹੀਂ ਬੰਦਾ ਪੁੱਛਦਾ ਆਉਂਦੇ ਨੂੰ ਹੋਇਆ ਕੀ ਆ ਤੈਨੂੰ ਨਹੀਂ ਕੀ ਬੋਲਣ ਡੀ ਆ ਮੈਂ ਤੁਹਾਨੂੰ ਇਹੀਓ ਤੁਹਾਨੂੰ ਕਹਿਤਾ ਦਵਾਈਆਂ ਆਪੇ ਰੱਖ ਲਓ ਮੈਨੂੰ ਬਥੇਰੇ ਕੰਮ ਆ ਨਾਲੇ ਜਿਹੜੇ ਕੰਮ ਤੁਸੀਂ ਕਰਦੇ ਨਾ ਇੱਕ ਇੱਕ ਗਿਣਤੀ 'ਚ ਨਹੀਂ ਆਉਂਦੇ ਕਿਸ ਗਿਣਤੀ 'ਚ ਨਹੀਂ ਆ ਮਤਲਬ ਕੀ ਆ ਤੇਰਾ ਉਹ ਕੰਮ ਤਾਂ ਕੰਮ ਹੀ ਆ ਦੱਸ ਆ ਕੰਮ ਨਹੀਂ ਆ ਦਵਾਈ ਲਿਆਉਣਾ ਸਪਰੇਅ ਕਰਾਉਣੀ ਇਹ ਵੀ ਤਾਂ ਕੰਮ ਹੀ ਆ ਸਾਰੇ ਤੁਸੀਂ ਸੋਚਦੇ ਆ ਕਿ ਮੈਂ ਆ ਕੰਮ ਕਰਨ ਡਿਆ ਵਾਂ ਪਰ ਤੁਹਾਡੇ ਘਰਦਿਆਂ ਲਈ ਇਹ ਕੋਈ ਕੰਮ ਵੀ ਨਹੀਂ ਆ ਜੀ ਤਾਂ ਪਤਾ ਜੀ ਮੈਨੂੰ ਕਿੰਨਾ ਬੋਲੀ ਅਗਲੀ ਮੈਨੂੰ ਦੱਸਾਂ ਕੀ ਕਹਿੰਦੀ ਕਹਿੰਦੀ ਤੇਰਾ ਘਰ ਵਾਲਾ ਨਾ ਸੋਹਣੇ ਸੋਹਣੇ ਕੱਪੜੇ ਪਾ ਕੇ ਮੋਟਰਸਾਈਕਲ ਤੇ ਕਦੀ ਇੱਧਰ ਚੱਲ ਗਿਆ ਕਦੀ ਇੱਧਰ ਨੂੰ ਚੱਲ ਗਿਆ ਤੇ ਕੰਮ ਵਿਚਾਰਾ ਕਰਦੇ ਰਹਿੰਦਾ ਸੋਨੂੰ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਵਾ ਲੱਗੇ ਗੱਲਾਂ ਮਾਰਨ ਅੱਛਾ ਤੇ ਹਾਂ ਗੱਲ ਆ ਸੱਚੀ ਮੈਂ ਤੇ ਇਹਦੀਆਂ ਗੱਲਾਂ ਸੁਣ ਸੁਣ ਕੇ ਨਾ ਆਕ ਹੀ ਗਿਆ ਵਾਂ ਅੱਗੇ ਵੀ ਮੈਨੂੰ ਇਹਨੇ ਇਹ ਗੱਲ ਕਹੀ ਆ ਵੀ ਤੁਸੀਂ ਕੰਮ ਨਹੀਂ ਕਰਦੇ ਕੋਈ ਇਹਦਾ ਮੈਨੂੰ ਲੱਗਦਾ ਕੋਈ ਨਾ ਕੋਈ ਨਿਪਟਾਰਾ ਕਰਨਾ ਹੀ ਪੈਣਾ ਆ ਇਹ ਜਿਹੜੀ ਮਿਸਣੀ ਜੀ ਹੈ ਨਾ ਇਹ ਬੜੀ ਤੇਜ਼ ਜੇ ਇਹਦੇ ਖੰਭ ਨਿਕਲ ਆਏ ਆ ਮੈਨੂੰ ਤੇ ਉਂਝ ਹੀ ਇਦਾਂ ਲੱਗਦਾ ਇਹਦੇ ਖੰਭ ਕੱਟਣੇ ਹੀ ਪੈਣੇ ਆ ਕਿਉਂਕਿ ਹੁਣ ਇਹਦੀ ਉਹਦੇ ਨਾਲ ਬੜੀ ਗੇਟ ਮਿਟ ਚੱਲਦੀ ਜੇ ਅੰਦਰ ਖਾਤੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੀ ਰਹਿੰਦੀ ਉਹਦੇ ਨਾਲ ਮੈਨੂੰ ਤੇ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਅਜੀਤਾਂ ਨੂੰ ਹੋਇਆ ਕੀ ਆ ਪਹਿਲਾਂ ਤਾਂ ਬੜਾ ਤੈਨੂੰ ਜੀ ਜੀ ਕਰਦੀ ਸੀ ਹਰ ਗੱਲ 'ਚ ਹਾਂ 'ਚ ਹਾਂ ਮਿਲਾਉਂਦੀ ਸੀ ਹੁਣ ਕਿਹੜੀ ਗੱਲੋਂ ਤੇਰੇ ਖਿਲਾਫ ਹੋਈ ਫਿਰਦੀ ਆ ਉਹ ਆ ਸਾਰੇ ਕੀਤੇ ਕਿਰਾਏ ਦੀ ਜੜ ਜਿਹੜੀ ਨਾ ਵੱਡੀ ਜੇ ਉਹਨੂੰ ਅੰਦਰ ਬਹਿ ਕੇ ਪੱਟੀਆਂ ਪੜਾਉਂਦੀ ਰਹਿੰਦੀ ਆ ਨਹੀਂ ਤੇ ਜੀਤਾ ਨੇ ਮੇਰੀ ਹਰੇਕ ਗੱਲ ਸੁਣਦੀ ਵੀ ਸੀ ਤੇ ਮੰਨਦੀ ਵੀ ਸੀ ਸਾਰੀ ਬੋਲੀ ਉਹਰੀ ਬੋਲਣ ਦੀ ਜੀ ਜੀਤਾ ਹੁਣ ਚੱਲ ਆ ਇਹਨਾਂ ਨੂੰ ਪੁੱਛ ਹੀ ਲੈਨੇ ਆ ਇੱਕ ਵਾਰੀ ਇਹ ਚਾਹੁੰਦੀਆਂ ਕੀ ਆ ਦੋਵੇਂ ਜਾਣੀਆਂ ਉਹ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦੋਵਾਂ ਨਾਲ ਗੱਲ ਕਰਨ ਦਾ ਮੈਂ ਕੀਤੀ ਸੀ ਇਹਨਾਂ ਨਾਲ ਗੱਲ ਇਹ ਦੋਵੇਂ ਜਾਣੀਆਂ ਮੇਰੇ ਦਿਵਾਲੇ ਹੋ ਗਈਆਂ ਤੇ ਉਹ ਜਿਹੜੀ ਵੱਡੀ ਹੈ ਨਾ ਉਹ ਤੇ ਮੈਨੂੰ ਬੋਲਣ ਹੀ ਨਹੀਂ ਉਹਨੇ ਦਿੱਤਾ ਗਾੜੀ ਦੱਸਿਆ ਕੀ ਆਂਦੀ ਮੈਂ ਤੇ ਜੀਤਾ ਨੂੰ ਕੁਛ ਵੀ ਨਹੀਂ ਕਿਹਾ ਪੁੱਛਣਾ ਭਾਵੇਂ ਮੇਰੇ ਮੂੰਹ ਤੇ ਹੀ ਆ ਉਹ ਸੰਦੀਪ ਭਾਬੀ ਨੇ ਕਿੱਥੋਂ ਮੰਨਣਾ ਸੀਗਾ ਉਹ ਤਾਂ ਸਾਡੇ ਸਾਰਿਆਂ ਨਾਲ ਗੇਮ ਖੇਡਣ ਦੀ ਆ ਮੈਨੂੰ ਲੱਗਦਾ ਉਹਨੂੰ ਪਤਾ ਲੱਗ ਗਿਆ ਕਿ ਇਹ ਸਾਰੇ ਜਾਣੇ ਇਕੱਠੇ ਆ ਹੁਣ ਉਹ ਜੀਤਾ ਨੂੰ ਆਪਣੇ ਵੱਲ ਕਰਨ ਦੀ ਆ ਹਾਂ ਸਾਰੀਆਂ ਗੱਲਾਂ ਛੱਡੋ ਤੁਸੀਂ ਕਰੋ ਸੋਨੂੰ ਨਾਲ ਗੱਲ ਆ ਜਿਹੜੀ ਦੋ ਨਾਗਣਾ ਤਿਆਰ ਹੋਣੀਆਂ ਨਾ ਇਹਨਾਂ ਦੇ ਦੱਸਣ ਤੋਂ ਪਹਿਲਾਂ ਇਹਨਾਂ ਦੇ ਸਿਰੀਆਂ ਨੱਪ ਦਿਓ ਉਹ ਕੋਈ ਨਾ ਪ੍ਰੀਤ ਤੂੰ ਥੋੜਾ ਜਿਹਾ ਸਬਰ ਰੱਖ ਇਹਨਾਂ ਦੋਵਾਂ ਨੂੰ ਮੈਂ ਕੀਲ ਕੇ ਪਟਾਰੀ 'ਚ ਨਾ ਨਾ ਪਾਤਾ ਤੇ ਮੈਨੂੰ ਵੀ ਵਿੱਕੀ ਕਿੰਨੇ ਕਹਿਣਾ ਬਸ ਆਪਣਾ ਟਾਈਮ ਆ ਲੈਂਦੇ ਉਹ ਯਕੀਨ ਤੇ ਆ ਮੈਨੂੰ ਤੁਹਾਡੇ ਤੇ ਬੜਾ ਪਰ ਮੈਨੂੰ ਨਾ ਇੱਕ ਗੱਲ ਦਾ ਡਰ ਹੁੰਦਾ ਵਾ ਇਹ ਨਾ ਜੇ ਆਪਾਂ ਦੋਵੇਂ ਜਣੇ ਇੱਥੇ ਸਕੀਮਾਂ ਲਾਉਂਦੇ ਰਹਿ ਜਾਈਏ ਤੇ ਉਹ ਦੋਵੇਂ ਜਣੇ ਸਾਡੇ ਤੇ ਹਾਵੀ ਹੋ ਜਾਣ ਉਹ ਕਿਤੇ ਨਹੀਂ ਹਾਵੀ ਹੁੰਦੇ ਸੋਨੂੰ ਆਪਣੀ ਮੁੱਠੀ ਦੇ ਵਿੱਚ ਹੀ ਆ ਸਾਰੀ ਗੱਲ ਮੰਨਦਾ ਆਪਣੀ ਤੇ ਨਾਲੇ ਭਾਬੀ ਨੂੰ ਕਿਹੜਾ ਪਤਾ ਆ ਕਿ ਉਹਦੇ ਘਰ ਦੇ ਵਿੱਚ ਕਿੰਨੇ ਕੁ ਦਿਨ ਹੋ ਰਿਹਾ ਫਿਕਰ ਕਿਉਂ ਕਰਦੀ ਆ ਉਹ ਤੇ ਗੱਲ ਤੁਹਾਡੀ ਠੀਕ ਆ ਤੇ ਉਹ ਕਵਲ ਦਾ ਕੀ ਕਰਕੇ ਆਏ ਜੀ ਕਰਨਾ ਕੀ ਆ ਉਹਦਾ ਸੋਨੂੰ ਲਾਗੇ ਮੈਂ ਤੁਹਾਨੂੰ ਤਾਰ ਆਇਆ ਵਾਂ ਮੈਂ ਤਾਂ ਬਸ ਉਹਨੂੰ ਤਾਂ ਖੜਿਆ ਇੱਥੋਂ ਕਿ ਚੱਲ ਬਾਹਰ ਜਾਊਗਾ ਤਾਂ ਉਹਦੇ ਮਨ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆਉਂਦੀਆਂ ਸੀ ਨਾ ਉਹ ਨਾ ਆਉਣਗੀਆਂ ਕਿਤੇ ਸਾਡੀ ਨਾ ਸਾਰੀ ਪੋਲ ਖੋਲ ਕੇ ਰੱਖ ਦੇ ਮੈਨੂੰ ਤਾਂ ਸਮਝ ਨਹੀਂ ਲੱਗੀ ਵੀ ਉਹਨੂੰ ਮੈਂ ਕੀ ਕਹਾਂ ਤੇ ਕੀ ਨਾ ਕਹਾਂ ਅਜੇ ਮੈਂ ਤੁਹਾਨੂੰ ਸਮਝਾਉਂਦੀ ਹਾਂ ਉਹਨੂੰ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਮੇਰੇ ਕੋਲ ਇੱਕ ਬੜੀ ਵੱਡੀ ਸਕੀਮ ਆ ਦੱਸ ਫਿਰ ਕੰਨ ਇੱਧਰ ਕਰੋ ਕੰਨ 'ਚ ਗੱਲ ਦੱਸਦੀ ਹੈ ਇੱਦਾਂ ਹੀ ਦੱਸ ਦੇ ਇੱਥੇ ਕਿਹੜਾ ਕੋਈ ਹੈਗਾ ਆ ਉਹ ਕੰਧਾਂ ਦੇ ਵੀ ਕੰਨ ਹੁੰਦੇ ਆ ਇੱਧਰ ਕਰੋ ਆ ਸਕੀਮ ਜੇ ਤੇਰੀ ਕਾਮਯਾਬ ਹੋ ਗਈ ਨਾ ਤੇ ਇੱਕ ਤੀਰ ਨਾਲ ਦੋ ਸ਼ਿਕਾਰ ਹੋ ਜਾਣੇ ਆ ਮੰਨਦੇ ਆ ਫਿਰ ਆਪਣੀ ਘਰ ਵਾਲੀ ਦੀ ਸੋਚ ਕਿੱਥੇ ਤੱਕ ਦੀ ਆ
मनदा चलाकियां च तो तू पहले नंबर ते है, पहले नंबर ते तेनु अवार्ड मिलना किस दिन चलाकियां दे विच। ठीक है आले फट दवाई तू रख अंदर जाके ते मैं बारों बार जाना ते काम करके आना चंगा। वाह फिर किहदे नाल पिया इन्ना सारियां जानियां दा प्रीत कौर दे नाल। ਵੀਰ ਇੱਥੇ ਖਲੋਤੇ ਜੇ ਨਿਬੜ ਗਿਆ ਕੰਮ? ਬਸ ਨਿਬੜ ਹੀ ਚੱਲਾ, ਥੋੜਾ ਜਿਹਾ ਰਹਿ ਗਿਆ ਸੀ ਜਾਂ ਬਾਰਿਸ਼ ਆ ਗਈ ਤਾਂ ਕਰਕੇ ਰੁਕ ਗਏ ਅਸੀਂ। ਕਿਤੇ ਕਿੰਨੀ ਕੁ ਆਈ ਆ, ਹੜ੍ਹ ਤਾਂ ਨਹੀਂ ਆ ਗਿਆ, ਦੋ ਸੀਟਾਂ ਆਈਆਂ ਨਾਲੇ। ਵੱਡੇ ਵੀਰ ਨੇ ਬੜਾ ਸਿਰ ਸੁੱਟਿਆ ਵਾ, ਕੀ ਗੱਲ ਹੋ ਗਈ ਹੁਣ? ਸੁੱਟੇ ਵੀ ਕਿਉਂ ਨਾ, ਥੋੜ੍ਹੀ ਹੋਈ ਕਿਤੇ ਇਹਦੀ, ਉਹ ਗੱਲ ਨੂੰ ਦਿਲ 'ਤੇ ਲਾ ਕੇ ਬੈਠਾ ਹੀ ਉਹ ਗੱਲ ਤਾਂ ਤੇਰੀ ਠੀਕ ਆ ਵੀਰ, ਹੋਈ ਤਾਂ ਵੀਰ ਦੀ ਬਹੁਤ, ਉਹ ਐਡੀ ਗੱਲ ਹੈ ਵੀ ਨਹੀਂ ਜਿੰਨੀ ਉਹ ਕਰ ਗਏ ਆ। ਜੇ ਕੋਈ ਗੱਲ ਹੁੰਦੀ ਵੀ ਨਾ ਸਾਡੇ ਨਾਲ ਬਹਿ ਕੇ ਗੱਲ ਕਰ ਲੈਂਦੀ, ਸਾਰੇ ਟੱਬਰ 'ਚ ਬਹਿ ਕੇ ਗੱਲ ਹੋ ਜਾਂਦੀ, ਉਹ ਫੁੱਪੜ ਨੂੰ ਲਿਆਉਣ ਦੀ ਕੀ ਲੋੜ ਸੀ ਉਹਨੂੰ? ਹਾਂ ਸਹੀ ਗੱਲ ਆ ਵੀਰ ਤੇਰੀ, ਹੁਣ ਕੀ ਪਤਾ ਭਾਬੀ ਨੇ ਕਿੰਨੀਆਂ ਕੁ ਵਧਾ ਚੜਾ ਕੇ ਗੱਲਾਂ ਦੱਸੀਆਂ ਉੱਥੇ, ਜਿਹੜਾ ਉਹਨਾਂ ਨੂੰ ਇੰਨਾ ਵੱਟ ਸੀ। ਪਰ ਕੋਈ ਗੱਲ ਨਹੀਂ ਵੀਰ, ਤੂੰ ਫਿਕਰ ਨਾ ਕਰ, ਆਪਣੇ ਕੋਲ ਹੱਲ ਹੈਗਾ ਇਸ ਚੀਜ਼ ਦਾ ਵੀ। ਹੁਣ ਇਹਦਾ ਕੀ ਹੱਲ ਕਰਨਾ ਜੀ, ਭੂਆ ਫੁੱਫੜ ਕਰਕੇ ਬੇਇੱਜ਼ਤੀ ਚੱਲ ਗਏ ਯਾਰ, ਹੁਣ ਕੀ ਮਗਰੋਂ ਡਾਂਗ ਮਾਰ ਦੇਣੀ ਆ ਉਹਨਾਂ ਦੇ। ਕਰਕੇ ਚੱਲ ਗਏ ਤਾਂ ਕੋਈ ਗੱਲ ਨਹੀਂ, ਉਹ ਜਿੰਨੇ ਕਰਵਾਈ ਆ ਉਹ ਤਾਂ ਇੱਥੇ ਹੀ ਆ। ਕੀ ਮਤਲਬ ਤੇਰਾ? ਮਤਲਬ ਮੇਰਾ ਇਹੋ ਹੀ, ਜੇ ਤੇਰੀ ਬੇਇੱਜ਼ਤੀ ਹੋਈ ਆ ਨਾ ਤੇ ਉਹਦੇ 'ਚ ਸਾਡੀ ਵੀ ਸਾਰਿਆਂ ਦੀ ਬੇਇੱਜ਼ਤੀ ਆ, ਆਪਾਂ ਬਦਲਾ ਲੈਣਾ ਉਹਦੇ ਕੋਲੋਂ। ਕੀ ਬਦਲਾ, ਕਿੱਦਾਂ? ਗੱਲ ਸੁਣ ਫਿਰ ਮੇਰੀ ਧਿਆਨ ਦੇ ਨਾਲ, ਯਾਰ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ, ਅੱਗੇ ਘੱਟ ਹੋਈ ਆ ਹੁਣ ਹੋਰ ਕਰਾਉਣੀ ਚਾਹੁੰਦੇ ਜੇ, ਅੱਗੇ ਤੇ ਸਿਰਫ ਗੱਲੀ ਬਾਤੀ ਹੋਈ ਆ, ਇਹ ਥਾਣੇ ਜਾਵਾਂਗੇ ਸਾਰੇ ਜਾਣੇ। ਉਹ ਕਿਤੇ ਕੁਛ ਨਹੀਂ ਹੁੰਦਾ, ਉਹਦੀ ਗੱਲ ਤੇ ਸੁਣ ਲਾ ਪਹਿਲਾਂ। ਕੁਛ ਮੈਂ ਗੱਲ ਸੁਣ ਲਈ ਆ, ਉਹ ਤਾਂ ਜ਼ਿਆਦਾ ਦਿਮਾਗ ਨਾ ਆਪਣਾ ਚਲਾਓ, ਮੈਂ ਇਹੋ ਜਿਹਾ ਕੁਛ ਨਹੀਂ ਕਰਨਾ। ਉਹ ਵੀਰ ਠੰਡਾ ਰਹਿ ਠੰਡਾ, ਅੱਗੇ ਵੀ ਇੰਨੀ ਗੱਲ ਸੀ ਨਾ, ਕਿਉਂ ਫਿਕਰ ਕਰਦਾ, ਕੁਛ ਨਹੀਂ ਹੁੰਦਾ। ਜਿਹੜਾ ਤੈਨੂੰ ਕੰਮ ਕਿਹਾ ਨਾ ਅੱਜ ਤੂੰ ਸਿਰੇ ਚੜਾ ਦੇ, ਸਾਰੇ ਜਾਣੇ ਘਰੇ ਹੋਣੇ ਆ, ਉਹ ਜੇ ਕੋਈ ਜਾਣਾ ਵੀ ਕਹਿ ਜੂਗਾ ਨਾ ਕਿ ਤੂੰ ਆਹ ਕੰਮ ਕੀਤਾ ਤੇ ਮੇਰਾ ਨਾਂ ਵਟਾ ਦੀ, ਉਹ ਜਦੋਂ ਕੋਈ ਮੰਨਿਆ ਹੀ ਨਾ, ਜਦੋਂ ਕੋਈ ਗਵਾਹ ਹੀ ਨਾ ਹੋਇਆ, ਉਹ ਕੰਮ ਕੀਤਾ ਹੀ ਕਾਹਦਾ, ਹੈ ਕਿ ਨਹੀਂ? ਬਿਲਕੁਲ। ਉਹ ਅੱਗੇ ਤੇ ਇਲਜ਼ਾਮ ਇਹ ਲੱਗ ਗਿਆ ਕਿ ਆਪਾਂ ਘਰ ਨਹੀਂ ਹੈਗੇ, ਤਾਂ ਕਰਕੇ ਸਾਨੂੰ ਝੂਠੇ ਪੈਣਾ ਪਿਆ। ਇਹ ਤੋਂ ਵਧੀਆ ਆਪਣੀ ਬੇਇੱਜ਼ਤੀ ਤਾਂ ਬਦਲਾ ਲੈਣ ਦਾ ਮੌਕਾ ਤੈਨੂੰ ਸਾਰੀ ਜ਼ਿੰਦਗੀ 'ਚ ਨਹੀਂ ਮਿਲਣਾ, ਤਾਂ ਜੇ ਤੇਰੇ ਵੱਲ ਭਾਬੀ ਬਹਿ ਵੀ ਗਈ ਨਾ ਤੇਰੀ ਇੱਜ਼ਤ ਉਹਦੇ ਸਾਹਮਣੇ ਕੱਖ ਵੀ ਨਹੀਂ ਹੋਣੀ ਜਿੰਨੀ ਉਹਨੇ ਤੇਰੀ ਬੇਇੱਜ਼ਤੀ ਕੀਤੀ ਆ, ਤੇ ਜੇ ਤੂੰ ਬਦਲਾ ਲੈ ਲਿਆ ਤਾਂ ਸਾਰੀ ਉਮਰ ਤੂੰ ਭਾਬੀ ਦੇ ਉੱਤੋਂ ਵਾਣੀ ਹੋਣਾ, ਕਿਉਂ ਵੀਰ? ਬਿਲਕੁਲ ਝੂਠ ਤੇ ਨਹੀਂ ਮੈਂ ਕਹਿਣ ਡਿਆ, ਨਹੀਂ ਠੀਕ ਆ ਗੱਲ ਤੇਰੀ। ਉਹ ਆ ਗਈ ਹੁਣ ਮੰਨਣ ਦੇ ਵਿੱਚ ਕਿ ਨਹੀਂ? ਯਾਰ ਮੰਨਣ 'ਚ ਤੇ ਆ ਗਈ ਆ ਮੇਰੇ ਗੱਲ, ਪਰ ਰਿਸਕੀ ਆ, ਬੇਇੱਜ਼ਤੀ ਬਹੁਤ ਹੋਣੀ ਆ। ਜਦੋਂ ਮੈਂ ਕਹਿਣ ਡਿਆ ਕਿ ਸਾਰੇ ਜਾਣੇ ਆਪਾਂ ਘਰ ਆ, ਫਿਰ ਤੂੰ ਕਿਉਂ ਡਰਦਾ ਆ? ਯਾਰ ਜਦੋਂ ਆਪਾਂ ਗਵਾਹੀ ਤੇਰੇ ਹੱਥ ਦੇਵਾਂਗੇ ਵੀ ਇਹਨੇ ਕੰਮ ਕੀਤਾ ਹੀ ਨਹੀਂ ਆ, ਤੁਹਾਨੂੰ ਉਹ ਕਿੱਦਾਂ ਕਹਿ ਦੂਗੀ ਇਕੱਲੀ? ਤੂੰ ਆ ਫੜ ਪੈਸੇ, ਥੋੜ੍ਹਾ ਜਿਹਾ ਦਲੇਰ ਬਣਾ ਦੇ ਇਹਨੂੰ, ਤੇ ਥੋੜ੍ਹਾ ਹੀ ਬਣਾਈ ਜਿਹੜਾ ਪਤਾ ਵੀ ਨਾ ਲੱਗੇ ਕਿਸੇ ਨੂੰ ਕਿ ਦਲੇਰੀ ਆਈ ਕਿੱਦਾਂ। ਠੀਕ ਆ ਮੈਂ ਚੱਲਿਆ ਘਰ, ਤੇ ਤੂੰ ਇਹਨੂੰ ਘਰ ਭੇਜ ਦੀ, ਠੀਕ ਆ? ਠੀਕ ਆ, ਤੈਨੂੰ ਤਾਂ ਸਾਰੀ ਗੱਲ ਦਾ ਪਤਾ ਹੀ ਆ, ਤੂੰ ਆਪਣਾ ਕੰਮ ਨਿਪਟਾ ਕੇ ਆ ਜੀ, ਬਾਕੀ ਮੈਂ ਘਰੇ ਹੀ ਹਾਂ। ਲੱਗੀ ਸਮਝ? ਲੱਗ ਗਈ। ਬਸ ਠੀਕ ਆ ਫਿਰ ਮੈਂ ਚੱਲਦਾ, ਹੁਣ ਆ ਜਾਈ ਦਲੇਰ ਹੋ ਕੇ। ਤੂੰ ਫਿਕਰ ਨਾ ਕਰ ਵੀਰ, ਇਹਨੂੰ ਮੈਂ ਦਲੇਰ ਬਣਾ ਕੇ ਭੇਜਦਾ। ਉਹ ਨਹੀਂ ਉੱਦਾਂ ਤਾਂ ਮੈਨੂੰ ਪੂਰਾ ਯਕੀਨ ਆ। ਚਲੋ ਠੀਕ ਆ ਫਿਰ, ਆਪਣੀਆਂ ਸਕੀਮ ਅੱਜ ਕਾਮਯਾਬ ਹੋਣੀ ਚਾਹੀਦੀ ਆ, ਜੇ ਅੱਜ ਕਾਮਯਾਬ ਇਹ ਨਾ ਹੋਈ ਫਿਰ ਸਾਰੀ ਉਮਰ ਸੌਂਦਾ ਲਈ ਗੱਲਾਂ ਕਰਾਉਂਦਾ ਰਹੀ ਬੇਇੱਜ਼ਤੀ ਉਹ ਨਾਲ ਸਾਡੀ ਵੀ। ਚਲ ਠੀਕ ਆ, ਮੈਂ ਸੋਚਦਾ ਕੁਛ ਇਹਦੇ ਬਾਰੇ। ਉਹ ਸੋਚਣਾ ਨਹੀਂ ਆ, ਇਹ ਕੰਮ ਕਰਨਾ ਵਾ। ਉਹ ਜਾ ਤੂੰ, ਮੈਂ ਸੋਚਦਾ ਵਾ, ਇਹਨੂੰ ਸਮਾਨ ਲਿਆ ਕੇ ਦੇ, ਆਪੇ ਸੋਚ ਲੈਣਾ ਇਹਨੇ। ਚੰਗਾ ਤੂੰ ਬਹਿ ਇੱਥੇ, ਆ ਗਏ ਆਪਾਂ ਸਮਾਨ ਲੈ ਕੇ। ਸਹੀ ਗੱਲ ਆ ਵਿੱਕੀ ਦੀ, ਬੇਇੱਜ਼ਤੀ ਤਾਂ ਮੇਰੀ ਵਾਕਿਆ ਬੜੀ ਕਰਕੇ ਗਏ ਆ, ਇੱਕ ਵਾਰੀ ਤਾਂ ਆਹ ਕੰਮ ਕਰਨਾ ਹੀ ਚਾਹੀਦਾ, ਜੋ ਹੋਊ ਵੇਖੀ ਜਾਊ।
किदा फिर बनू गल के जा नहीं ओ छड बस थोड़े टाइम तक सो चालू होने ही वाला आ आपां इत्थे बह के बस लाई भी वेखना आ किन्ना वधिया लगूगा जदों आपां लाइव वेखांगे ते होर की ताईओ इत्थे बैठे आ एहो ही दो बेचारियां दियां पजामियां वा गर्मियां वालियां धो धो के इन्हां नूं घसा देण लगी आ मम्मी नूं कहिंनी आ पैसे दो थोड़े बहुते मैं न्याणियां दे गर्मियां वाले कपड़े ते लै के आवां धो लैनी पहलां इन्हां नूं मम्मी मम्मी जी मम्मी पता नहीं कित्थे गए आ मम्मी जीतां हां जी दीदी मम्मी कित्थे गए आ पता नहीं किधर नूं गए घर नहीं हैगे नहीं नहीं काम ही कोई आहो भैणा काम ही हैगा आ न्याणियां दियां बेचारियां दियां पजामियां ही नहीं हैगियां गर्मियां वालियां एहो ही एक दो जड़ियां हैगियां धो धो के पा पा के घसा देण लगियां ते मैं चल लै आउंदी आं पैसे लै के मम्मी कोलों चल कोई नहीं आउंदे आ ते फिर उन्हां नूं कह दिओ मैं ते हुण दाल लगी जी बनाउण एक ते जदों कोई चीज़ लैणी हुंदी आ ना हर वारी पैसे थोड़े 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 मंगणे पैंदे आ इक वारी मैनूं फड़ाए होणा ते मैं वी अपणियां चीज़ां लै आया करां पता नहीं मम्मी ने मैं बड़ी बारी कहा कि मैनू खर्चा पानी दे दिया करो मेरा वखरा पर पता नहीं मम्मी ने तरसा तरसा के चीज़ लैके देनी होंगी है किन्ना ही टाइम हो गया भाजी तो अजे तक आए नहीं आ इदा करो फोन लाओ हाँ सबर कर ला आंदा ही होना आ जमाना कट चंगा तेन गल नहीं है ओ, मैं तो नहीं कह गल चाहती बाबा पर विक्की प्रीत भी सामने बैठे ही तो उन्होंने भी संदीप दीदी वेख्या तो संदीप दीदी ने भी उन्होंने वेख्या ही चल छड़ तू एक गल च ना किन्ने किन्नू वेख्या चंगा ये सारी स्कीम ही विक्की दी है अच्छा तू ही भी इस विच भागीदार जे माड़ा मोटा भागीदार बनना पैंदा वा हाँ च हाँ मिलाउणी पैंदी है दस सानू जमीन नहीं चाहीदी मेरी गल सुनो वो दोवें जने बड़े ही चलाक जे उन्होंने साढ़े हाथ में नहीं आउंदनी जमीन उन्हां दे विच ना तुसीं हिस्से लिया करो ओ नहीं विक्की इदां दा नहीं हैगा ओ भरा वा मेरा चंगा इहो जिहे काम नहीं करने उन्हें ये ताड़ी गलत फहमी आ तुहानू भुलेखा ही आए भी ताड़ा भरावा इहो जिहे काम ना करू वह तो इन्ने तेज आ दोवें जी हदों ही वध ओ कितने नहीं तेज हैगे तैनू लगदा तेज आ ओ सारा करके साडे करके ते करन डिया दोवां करके चल कोई गल नहीं लग जूगा पता जो ताड़ी भी उन्हें पेठ च छुरा मारिया नाले ना बहुती गां गां होण दी लोड़ नहीं मिट्टी च मिट्टी आप ते ओह जांदा नहीं है ते तुसीं बस इक्को पासे लगे रहिंदे हो ओ तैनू मैं किन्नी वार आख्या वा साडे दोवां भरावां दी गल्लां च ना आया कर ओह भी ते काम करदा ही अक्सर मेरी गल सुनो मैनू नहीं इहो जिहे काम पसंद भी ओह जेंटलमैन बन के घुम्या रहे ते तुसीं मिट्टी च वड़े रहो ओ साडे काम ना सानू अपनी मर्जी ना करन दे जा तू पानी लिया त्रेह लगी आ कुछ गल्लां ना कर जा हो पता नहीं विक्की ने ना इस बंदे दे की सिर च पाया जिहड़ी मेरी कितें सुननी नहीं हुंदी।
ਹਣੀ ਤੈਨੂੰ ਕਿਉਂ ਰੋਣ ਰਹੀ ਆ ਦੱਸ ਮੈਨੂੰ ਮੰਮੀ ਜੀ ਮੈਂ ਕਿੰਨੀ ਘਰੀ ਆਪਣੇ ਭੂਆ ਫੁੱਫੜ ਨੂੰ ਸੱਦਾ ਕਿਉਂ ਕੀ ਗੱਲ ਕਮਲ ਨੇ ਆਰ ਕੇ ਫੇਰ ਬਦਤਮੀਜ਼ੀ ਕੀਤੀ ਆ ਮੇਰਾ ਹੱਥ ਹੀ ਫੜ ਲਿਆ ਵਿੱਕੀ ਪ੍ਰੀਤ ਸਾਹਮਣੇ ਬੈਠੇ ਵਹਿੰਦੇ ਰਹੇ ਜੀਤਾ ਨੇ ਵੀ ਰਸੋਈ 'ਚ ਵੇਖਿਆ ਪਰ ਕਿਸੇ ਨੇ ਮੇਰੀ ਹੈਲਪ ਨਹੀਂ ਕੀਤੀ ਗਾਂਹ ਆ ਕੇ ਚੱਲ ਕੋਈ ਨਹੀਂ ਇਹਨਾਂ ਨੂੰ ਮੈਂ ਪੁੱਛਣੀ ਹੈ ਨਾ ਵਿੱਕੀ ਪ੍ਰੀਤ ਉਹਨਾਂ ਨੂੰ ਕਿ ਤੁਹਾਡੇ ਸਾਹਮਣੇ ਉਹਦੀ ਕਿੱਦਾਂ ਹਿੰਮਤ ਪਈ ਇੰਨਾ ਕੰਮ ਕਰਨ ਦੀ ਤੂੰ ਚੁੱਪ ਕਰ ਜਾ ਚੁੱਪ ਕਰ ਨਾ ਉਹ ਹੀ ਮਰ ਮੁੱਕ ਜਾਂਦੀ ਮੈਂ ਤੇ ਆਪਣੇ ਨਿੱਕੇ ਨਿੱਕੇ ਨਿਆਣਿਆਂ ਦੇ ਜਦੋਂ ਮੂੰਹ ਵੱਲ ਵੇਹਣੀ ਆ ਨਾ ਉਹਨਾਂ ਦੇ ਕਰਕੇ ਹੀ ਜੀਣ ਡਈ ਹਾਂ ਨਹੀਂ ਤੇ ਮੇਰਾ ਕੋਈ ਇੱਥੇ ਜੀਣ ਨਹੀਂ ਹੈਗਾ ਚੱਲ ਆਹ ਭਲਾ ਪੁੱਛੀਏ ਇਹਨਾਂ ਨੂੰ ਜੇ ਤੇ ਕਵਲ ਨੇ ਆਹ ਕੰਮ ਕੀਤਾ ਤੇ ਫਿਰ ਵੇਖੀ ਤੇਰੇ ਸਾਹਮਣੇ ਤੇ ਚਿੱਤਰ ਮਾਰਦੀ ਆ ਚੱਲ ਚਲੋ ਬਾਈ ਇੱਧਰ ਆਓ ਸਾਰੇ ਜਾਣੇ ਆਓ ਇੱਥੇ ਹਾਂਜੀ ਦੱਸੋ ਕੀ ਗੱਲ ਹੋਈ ਆ ਆ ਕੀ ਕਰਤੂਤ ਕੀਤੀ ਆ ਕਵਲ ਨੇ ਅੱਜ ਫੇਰ ਉਹਦੇ ਨਾਲ ਕੀ ਕੀਤਾ ਮੰਮੀ ਤੁਹਾਨੂੰ ਸਾਰਾ ਹੀ ਪਤਾ ਵਾ ਕੀ ਕੀਤਾ ਮੈਂ ਕੁਛ ਨਹੀਂ ਕੀਤਾ ਕੀਤਾ ਕਿਉਂ ਨਹੀਂ ਤੁਸੀਂ ਮੇਰਾ ਹੱਥ ਨਹੀਂ ਫੜਿਆ ਮੰਮੀ ਨਹੀਂ ਜੀ ਕਹਿੰਦੇ ਵਿੱਕੀ ਪ੍ਰੀਤ ਨੂੰ ਪੁੱਛੋ ਸਾਹਮਣੇ ਬੈਠੇ ਹੀ ਆ ਮੰਜੀ ਦੇ ਇਹਨਾਂ ਨੇ ਮੇਰਾ ਉੱਥੇ ਹੱਥ ਫੜਿਆ ਦੱਸੋ ਆਪਾਂ ਤਾਂ ਨਹੀਂ ਵੇਖਿਆ ਕਿਹੜੇ ਵੇਲੇ ਇਹਨਾਂ ਨੇ ਤੁਹਾਡਾ ਹੱਥ ਫੜਿਆ ਵਾ ਬਸ ਇਹ ਵੇਖਿਆ ਵਾ ਕਿ ਤੁਸੀਂ ਪਜਾਮੀਆਂ ਧੋਣ ਡੇ ਸੀ ਤੇ ਵੀਰ ਆ ਕੇ ਹੱਥ ਧੋਣ ਡੈ ਪਿਆ ਹੱਥ ਕਿਹੜੇ ਵੇਲੇ ਫੜਿਆ ਸੱਚੀ ਮੰਮੀ ਆਪਾਂ ਤਾਂ ਨਹੀਂ ਵੇਖਿਆ ਮੰਮੀ ਇਹ ਝੂਠ ਬੋਲਣ ਡੇ ਕਿੱਡੇ ਭੋਲੇ ਭੰਡੇ ਜਿੱਦਾਂ ਇਹਨਾਂ ਨੇ ਕੁਝ ਵੇਖਿਆ ਹੀ ਨਹੀਂ ਹੁੰਦਾ ਮੰਮੀ ਦੱਸ ਇਹਨਾਂ ਨੂੰ ਕੀ ਲੋੜ ਪਈ ਆ ਝੂਠ ਬੋਲਣ ਦੀ ਹੈਂ ਸਾਹਮਣੇ ਬੈਠੇ ਆ ਮੇਰੇ ਜੇ ਸਾਹਮਣੇ ਬੈਠੇ ਆ ਇਹ ਕਿਉਂ ਝੂਠ ਬੋਲਣਗੇ ਤੁਸੀਂ ਤੇ ਰਸੋਈ ਜੀ ਨਾ ਤੁਸੀਂ ਵੀ ਤੇ ਵੇਖਿਆ ਹੀ ਨਹੀਂ ਮੰਮੀ ਮੈਂ ਤੇ ਰਸੋਈ 'ਚ ਆਪਣਾ ਕੰਮ ਕਰਨ ਦੀ ਆ ਸੌਂ ਲੱਗੇ ਜੇ ਮੈਂ ਕੁਝ ਵੇਖਿਆ ਹੋਏ ਤੇ ਮੰਮੀ ਇਹ ਸਾਰੇ ਆਪਸ ਵਿੱਚ ਰਲੇ ਆ ਇਹ ਸਾਰੇ ਜਾਣੇ ਝੂਠ ਬੋਲਣ ਦੇ ਆ ਵੇਖ ਕੇ ਵੀ ਕਹਿੰਦੇ ਕਿ ਅਸੀਂ ਕੁਝ ਨਹੀਂ ਵੇਖਿਆ ਹੈ ਉਹ ਇੱਧਰ ਆ ਇਹੀ ਤੇ ਅਸੀਂ ਚਾਹੁੰਦੇ ਸੀ ਦਿੱਲੀ ਲਾਤੀ ਆ ਅੱਕ ਮਚਣੀ ਬਾਕੀ ਆ ਹਾਂਜੀ ਦੱਸੋ ਮੰਮੀ ਕੀ ਗੱਲ ਆ ਵਿੱਕੀ ਮੈਂ ਤੇ ਇਹਦੇ ਭੂਆ ਫੁੱਫੜ ਕੋਲੋਂ ਨਾ 6 ਮਹੀਨਿਆਂ ਦਾ ਟਾਈਮ ਲਿਆ ਸੀ ਉਹਨਾਂ ਨੇ ਮੈਂ ਇਹ ਗੱਲ ਕਹੀ ਸੀ ਵੀ ਅਸੀਂ ਇਹਦੀ ਸ਼ਰਾਬ ਛਡਾ ਦਿੰਦੇ ਹਾਂ ਅਤੇ ਇਹ ਚਲੋ ਸੁਧਰ ਜੂਗਾ ਅਤੇ ਤੁਸੀਂ ਸੰਦੀਪ ਨੂੰ ਇਹਦੇ ਵੱਲ ਬਾਲ ਦਿਓ ਅਤੇ ਇਹਨੇ ਆ ਹੋਰ ਹੀ ਚੰਨ ਚੜਾ ਦਿੱਤਾ ਆ ਤੇ ਮੈਂ ਤੈਨੂੰ ਇਹ ਕਹਿੰਦੀ ਵੀ ਇਹਨੂੰ ਤੂੰ ਪੈਸੇ ਨਾ ਦਿਆ ਕਰ ਪੀਣ ਵਾਸਤੇ ਤੂੰ ਦੇਣਾ ਪੈਸੇ ਤੇ ਤਾਂ ਹੀ ਇਹ ਪੀਂਦਾ ਆ ਲੈ ਦੱਸ ਮੰਮੀ ਮੇਰੇ ਕੋਲ ਪੈਸੇ ਵਾਧੂ ਆਏ ਆ ਉਹ ਮੈਂ ਤਾਂ ਆਪਣੀ ਇੱਜ਼ਤ ਨੂੰ ਦਿੰਦਾ ਪੈਸੇ ਉਹ ਪੀਣ ਵਾਲੇ ਨੇ ਤਾਂ ਪੀ ਲੈਣੀ ਆ ਭਾਵੇਂ ਧਾਰੇ ਪੈਸੇ ਮੰਗ ਕੇ ਕਿਸੇ ਕੋਲੋਂ ਪੀਵੇ ਤੇ ਤੂੰ ਜੇ ਨਾ ਦੇਵੇਂਗਾ ਫਿਰ ਭਾਵੇਂ ਮੈਂ ਵੇਖੂੰਗੀ ਇਹ ਕਿੱਥੋਂ ਪੀਂਦਾ ਆ ਕੌਣ ਇਹਨੂੰ ਰੋਜ਼ ਦਊਗਾ ਆਪਣਾ ਪੀਣ ਵਾਸਤੇ ਪੈਸੇ ਕੋਈ ਦਿੰਦਾ ਆ ਮੈਨੂੰ ਤਾਂ ਇਦਾਂ ਲੱਗਦਾ ਆ ਵੀ ਜਿੱਦਾਂ ਤੂੰ ਚਾਹੁੰਦਾ ਵਾ ਵੀ ਇਹ ਨਾ ਹੀ ਸੁਧਰੇ ਤੇ ਨਾ ਹੀ ਸੰਦੀਪ ਇਹਦੇ ਵੱਲ ਬਹੇ ਹੱਦ ਹੋ ਗਈ ਮੰਮੀ ਤੁਹਾਡੇ ਵਾਲੀ ਜੇ ਮੈਂ ਕੋਈ ਗੱਲ ਨਹੀਂ ਕਰਦਾ ਉਲਟਾ ਮੇਰੇ ਤੇ ਇਲਜ਼ਾਮ ਲਾਉਣ ਡੇ ਜੇ ਦੱਸ ਮੈਂ ਭਲਾ ਕਿਹੜੀ ਗੱਲੋਂ ਚਾਹਣਾ ਹੈ ਕਿ ਵੀਰ ਵਾਲ ਭਾਬੀ ਨਾ ਪਵੇ ਦੱਸੋ ਮੈਨੂੰ ਮੈਂ ਤੈਨੂੰ ਤਾਂ ਕਹਿੰਦੀ ਹਾਂ ਵੀ ਤੂੰ ਉਹਨੂੰ ਕਦੀ ਸਮਝਾਇਆ ਵੀ ਵੀਰ ਸ਼ਰਾਬ ਨਾ ਪੀਆ ਕਰ ਉਲਟੇ ਤੂੰ ਉਹਨੂੰ ਕੱਢ ਕੱਢ ਕੇ ਤੇ ਨੋਟ ਦੇਈ ਜਾਂਦਾ ਸ਼ਰਾਬ ਵਾਸਤੇ ਤੈਨੂੰ ਪਤਾ ਹੀ ਆ ਸੰਦੀਪ ਨੂੰ ਕਿੰਨੀ ਨਫ਼ਰਤ ਆ ਸ਼ਰਾਬ ਤੋਂ ਜਾਣ ਦਿਓ ਮੰਮੀ ਭਲਾ ਮੈਂ ਕਹੂੰਗਾ ਤਾਂ ਵੀਰ ਨੇ ਸ਼ਰਾਬ ਛੱਡ ਦੇਣੀ ਆ ਉਹ ਮੈਂ ਤਾਂ 20 ਵਾਰ ਸਮਝਾਇਆ ਉਹਨੂੰ ਕਿ ਜੇ ਭਾਬੀ ਨਾਲ ਵਿਆਹ ਕਰਵਾਉਣਾ ਨਾ ਤਾਂ ਮਾੜੇ ਕੰਮ ਛੱਡ ਦੇ ਪਰ ਮੇਰੇ ਕਹੇ ਤੇ ਕਿਹੜਾ ਉਹ ਅਸਰ ਕਰਦਾ ਵਾ ਬਸ ਫਰਕ ਇੰਨਾ ਆ ਕਿ ਤੁਹਾਡੇ ਸਾਹਮਣੇ ਨਹੀਂ ਮੈਂ ਕਦੀ ਕਿਹਾ ਉਹਲੇ ਹੱਪੇ ਜ਼ਰੂਰ ਮੈਂ ਉਹਨੂੰ ਸਮਝਾਉਂਦਾ ਆ ਵੀ ਚੱਲ ਠੀਕ ਆ ਜੇ ਉਹਨੂੰ ਤੇਰੇ ਕਹਿਣ 'ਤੇ ਨਹੀਂ ਨਾ ਅਸਰ ਤਾਂ ਅਸਰ ਉਹਨੂੰ ਪਾਉਣਾ ਪੈਣਾ ਆ ਸੁਧਾਰਨਾ ਪੈਣਾ ਉਹਨੂੰ ਮੰਮੀ ਉੱਦਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਸੰਦੀਪ ਭਾਬੀ ਨਹੀਂ ਮੰਨਦੀ ਹੈਗੀ ਫਿਰ ਤੁਸੀਂ ਕਿਉਂ ਮਗਰ ਪਏ ਜੇ ਵੀਰ ਦੇ ਕਿ ਤੇਰਾ ਵਿਆਹ ਉਹਦੇ ਨਾਲ ਹੀ ਕਰਨਾ ਆ ਦੱਸੋ ਮੈਨੂੰ ਵੇ ਮਗਰ ਤਾਂ ਮੈਂ ਤਾਂ ਪਈ ਰਹਿੰਦੀ ਹਾਂ ਵੀ ਇਹਦੀ ਵੀ ਸਾਰੀ ਉਮਰ ਰੋਟੀ ਪੱਕਦੀ ਰਹੂ ਉੱਧਰ ਮੇਰੇ ਪੋਤੀ ਪੋਤੇ ਨੂੰ ਪਿਓ ਦਾ ਛਾਇਆ ਮਿਲ ਜੂਗਾ ਇਹਨੂੰ ਸਾਰੀ ਉਮਰ ਰੋਟੀਆਂ ਉੱਦਾਂ ਕਿਹਨੇ ਖਵਾਲਣੀਆਂ ਆ ਕਵਲ ਦੀ ਤਾਂ ਜਿਹੜੀ ਮੈਨੂੰ ਫਿਕਰ ਹੈਗੀ ਆ ਉਹ ਤਾਂ ਹੈਗੀ ਆ ਫਿਕਰ ਤਾਂ ਮੈਨੂੰ ਜ਼ਿਆਦਾ ਇਹ ਆ ਵੀ ਜੇ ਸੰਦੀਪ ਦਾ ਉਹਨਾਂ ਹੋਰ ਕਿਤੇ ਵਿਆਹ ਕਰਤਾ ਤਾਂ ਆ ਜਾਇਦਾਦ ਵੀ ਚੱਲ ਜਾਣੀ ਆ ਇੱਦਾਂ ਕਿੱਦਾਂ ਚੱਲ ਜੂ ਮੰਮੀ ਜਾਇਦਾਦ ਕਰਦੇ ਆ ਕਿਤੇ ਵਿਆਹ ਤਾਂ ਕਰਨ ਬੇਸ਼ੱਕ ਸਾਡੇ ਘਰੋਂ ਚੱਲ ਜੇ ਪਰ ਮੈਂ ਜਾਇਦਾਦ ਦੇ ਵਿੱਚੋਂ ਕੌਡੀ ਵੀ ਨਹੀਂ ਜਾਣ ਦੇਣੀ ਬਾਹਰ ਵੇ ਤੂੰ ਤਾਂ ਐਵੇਂ ਭੋਲੀਆਂ ਗੱਲਾਂ ਕਰਦਾ ਆ ਕਾਨੂੰਨ ਦੇ ਹਿਸਾਬ ਨਾਲ ਸਾਰੇ ਕੰਮ ਹੋ ਜਾਂਦੇ ਹੁੰਦੇ ਆ ਹੁੰਦੇ ਆ ਤਾਂ ਹੁੰਦੇ ਰਹਿਣ ਮੈਂ ਕਹਿਤਾ ਨਾ ਕਿ ਸਾਡੀ ਜਾਇਦਾਦ ਵਿੱਚੋਂ ਕੁਝ ਨਹੀਂ ਜਾਣ ਦੇਣਾ ਮੈਂ ਬਾਹਰ ਵੇਖੂੰਗਾ ਭਲਾ ਕਿਹੜਾ ਹੁੰਦਾ ਲੈਣ ਇੱਥੇ ਦੱਸ ਇਹ ਧੱਕੇ ਨਾ ਭਲਾ ਜਾਇਦਾਦ ਉਹਦੀ ਰੱਖ ਲੂਗਾ ਕਾਨੂੰਨ ਸਾਰੇ ਕੰਮ ਕਰ ਦਿੰਦਾ ਆ
कोई दिमाग वरती जाता अपना।